ਅਤੇ ਇੱਕ ਜਿਉਣਾ ਸੀ ਅਤੇ ਖਿਉਣਾ ਸੀ। ਖਿਉਣੇ ਦੀ ਇਕੱਲੀ ਧੀ ਸੀ, ਜਿਉਣੇ ਦੀ ਔਲਾਦ ਹੈ ਸੀ। ਜਿਉਣੇ ਵਾਲੀ ਪੱਤੀ ਉਹ ਸਾਰੀ ਅੱਜ ਵੀ ਚਹਿਲਾਂ ਕੋਲ ਹੈ, ਚਹਿਲ ਜੱਟ ਆਬਾਦ ਨੇ ਜਿਹਨਾਂ ਕਲਮੇ ਪੜ੍ਹੇ ਸਨ। ਕਿਹੜੇ ਪਿੰਡ? ਆਹ ਨਾਲ ਜਿਉਣਾ। ਅਤੇ ਆਹ ਜਿਹੜੀ ਪੱਤੀ ਸੀ ਖਿਉਣੇ ਵਾਲੀ, ਜਿਹਦੀ ਇਕੱਲੀ ਧੀ ਸੀ ਚਹਿਲ ਦੀ, ਉਹਨਾਂ ਵੜੈਚਾਂ ਨੂੰ ਸਾਖ ਦੇ ਦਿੱਤਾ ਡਿਉੜੀ ਵਾਲਿਆਂ ਨੂੰ। ਹੁਣ ਇਸ ਟਾਈਮ ਮਾਸ਼ਾਅੱਲਾ 250-350 ਘਰ ਵੜੈਚਾਂ ਦਾ ਉਸ ਮਾਈ 'ਚੋਂ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਘਰ ਵੀ ਆਪਣਾ ਲੈ ਗਿਆ ਸੀ, ਉੱਥੇ ਇੱਥੇ ਵਿਆਹ ਆਇਆ ਸੀ, ਘਰ ਜੋ ਆਈ ਸੀ ਅਤੇ ਉਹ ਫਿਰ ਲੈ ਗਿਆ। ਅੱਛਾ, ਲੜਾਈ ਫਿਰ ਕਿੱਦਾਂ ਹੋਈ ਉੱਥੇ? ਉੱਥੇ ਲੜਾਈ ਜਨਾਬ ਹੋਈ ਬੜੀ, ਹਮਲਾ ਹੋਇਆ ਉੱਥੇ, ਹਮਲਾ ਹੋਇਆ ਜਿਹੜੇ ਸਿੱਖ ਚੋਖੇ ਇਕੱਠੇ ਹੋ ਗਏ ਸਨ ਅਤੇ ਉਹਨੂੰ ਤੁਹਾਨੂੰ ਦੱਸਿਆ ਵੀ ਮਾਰ ਛੱਡਿਆ ਦੋ ਕਿਹੜੇ ਦੇ ਮੁਸਲਮਾਨ, ਆ ਚੰਗੇ ਜਵਾਨ, ਉਹਨਾਂ ਮਾਰੇ ਗੋਲੀ ਨਾਲ, ਉਹ ਸੇਮ ਦੇ ਵਿੱਚ ਰੋਡ ਛੜੇ, ਰੋਡ ਛੜੇ ਜਿਹੜੇ ਉਹ ਫਿਰ ਰੋਏ ਜਾ ਕੇ ਰਾਤੋ ਰਾਤ। ਜੇ ਇਹ ਲੋਕ ਦੱਸਦੇ ਨੇ, ਹੁਣ ਅੱਜ ਮੰਨਦੇ ਨਹੀਂ, ਇਹ ਲੋਕ ਆਉਂਦੇ ਨੇ ਅਸੀਂ ਰਾਤ ਨੂੰ ਸਾਰਾ ਦਿਨ ਸੌਂਦੇ ਹਾਂ, ਸਾਰੀ ਰਾਤ ਨੂਰਪੁਰ ਦੇ ਘਰਾਂ ਦੇ ਜਿੰਦਰੇ ਨੂਰਪੁਰ ਦੇ ਤਾਕਾਂ ਦੀ ਉਹ ਜੋੜ ਤਰੋੜ ਤਰੋੜ ਕੇ ਜਿਹੜੀ ਚੰਗੀਆਂ ਚੀਜ਼ਾਂ ਹੋਣੀਆਂ ਉਹ ਖਿੱਚੀ ਹੋਣੀਆਂ। ਉਸ ਵਕਤ ਮਾਜਰ ਲੋਕ ਆਏ ਕੋਈ ਸਨ, ਇੱਕ ਜਲਾ ਆਪਸ ਚ ਸਿੱਖਾਂ ਲਈ ਉਹ ਜਾਇਦਾਦ ਵੰਡਦੇ ਨੇ ਆਰਜ਼ੀ, ਤੇ ਇੱਕ ਛੋਟਾ ਭਰਾ ਕੂਪ ਹੈ, ਉਹ ਸਿੱਖੋ ਭਾ ਸਾਰਿਆਂ ਨੂੰ ਜ਼ਿਮੀਦਾਰ ਬਣਾ ਦੇਣਗੇ, ਕੰਮੀ ਕਿਹੜਾ ਹੋਵੇਗਾ ਸਾਡਾ। ਨੂਰਪੁਰ ਦਾ ਬਾਹਰ ਦਾ ਪਾਸਾ ਪਿੱਛੇ ਸ਼ਹਿਰ ਪਿੰਡ ਨੂਰਪੁਰ ਸ਼ਹਿਰ, ਲੇਕਿਨ ਹੁਣ ਨੂਰਪੁਰ ਹੀ ਕਿਹਾ ਜਾਂਦਾ। ਟਿਊਬਲ ਲੱਗੇ ਨੇ ਪਿੰਡ ਦਾ ਬਾਹਰ ਦਾ ਪਾਸਾ ਜੀ, ਕਿੱਡਾ ਖੂਬਸੂਰਤ ਝੜੀ ਲੱਗੀ ਅਤੇ ਇਹਦੇ ਨਾਲ ਹੀ ਦਰਬਾਰ ਹੈ, ਪਹਿਲੇ ਪਿੰਡ ਵੜਦੀ ਦਰਬਾਰ। ਦੱਖਣ ਪਾਸੇ ਚਹਿਲ ਕਲਾਂ ਲੱਗਦਾ ਵੱਡਾ ਪਿੰਡ, ਚੜ੍ਹਦੇ ਪਾਸੇ ਕਿਲਾ ਦਾਰ ਸਿੰਘ ਹੈ, ਗੁੱਠ ਪਰਨੇ ਡਿਉੜੀ ਹੈ, ਖਾਸ ਥੋੜਾ ਜਿਹਾ ਹੋਰ ਸ਼ਾਮ ਦਾ ਕੋਟ ਹੈ, ਨਾਲ ਥੇੜੀ ਲੱਗਦੀ ਹੈ, ਐਸ ਲਾਂਦੇ ਪਾਸੇ ਆ ਜਾਓਗੇ ਝੂੰਗ ਜਾਉਣਾ ਲੱਗਦਾ ਫਿੱਲੋ। ਅੱਛਾ ਜੀ, ਹੋਰ ਜਿਹੜਾ ਵੱਡਾ ਪਿੰਡ ਹੈ ਉਹ ਕਿਹੜਾ? ਇੱਥੇ ਪਿੰਡ ਚਹਿਲ ਕਲਾਂ ਹੀ ਵੱਡਾ ਪਿੰਡ, ਜਿਹਦੇ ਵਿੱਚੋਂ ਇਹ ਪਿੰਡ ਆਬਾਦ ਹੋਏ, ਇਹਦੇ ਵਿੱਚੋਂ ਦੋ ਪਿੰਡ ਆਬਾਦ ਹੋਏ, ਚੂੰਗ ਤੇ ਜਾਣਾ। ਹੁਣ ਸਾਨੂੰ ਇਸ ਪਿੰਡ ਦੇ ਬਾਰੇ ਦੱਸੋ, ਇੱਥੇ ਕਿਹੜੇ ਮੁਸਲਮਾਨ ਰਹਿੰਦੇ ਜਾਂ ਸਿੱਖ ਰਹਿੰਦੇ, ਕੌਣ ਕੌਣ ਰਹਿੰਦਾ ਸੀ ਇੱਥੇ? ਜੀ, ਸੰਨ 47 ਤੋਂ ਪਹਿਲਾਂ ਤੇ ਸਰਦਾਰਾਂ ਦੀ ਚਦਰਾ ਸੀ ਇਸ ਪਿੰਡ ਦੇ ਵਿੱਚ, ਤੇ ਕੁੱਲ ਟੋਟਲ ਕੰਮੀ ਤਬਕਾ ਰਹਿੰਦਾ ਸੀ, ਬਾਕੀ ਤੇ ਸਰਦਾਰ ਜ਼ਿਆਦਾ ਆਬਾਦ ਸਨ, ਜੱਟ ਸਰ ਸਭ ਨਹੀਂ, ਵਿੱਚ ਸੰਧੂ ਵੀ ਵਰਨ ਵੀ ਕੋਈ ਕੋਈ ਘਰ, ਜਿਵੇਂ ਜਿਵੇਂ ਇਹਨਾਂ ਰਿਸ਼ਤੇ ਦਿੱਤੇ, ਜਿਵੇਂ ਉਹ ਜਾਇਦਾਦ ਤੇ ਆਉਂਦੇ ਰਿਹਾ ਹੈ, ਸਾਰਾ ਪਿੰਡ ਚਹਿਲਾਂ ਦਾ। ਅੱਛਾ, ਇਹਨਾਂ ਦੇ ਜਿਹੜੇ ਘਰ ਜਵਾਈ ਬਣ ਕੇ ਆਏ ਨੇ, ਉਹ ਕੋਈ ਸੰਧੂ ਆ ਗਿਆ, ਕੋਈ ਵਰਨ ਆ ਗਿਆ, ਕੋਈ ਕੂਕਾ ਆ ਗਿਆ, ਇਸ ਤਰ੍ਹਾਂ ਕੋਈ ਕੋਈ ਜੀ ਆਉਂਦੇ ਰਹੇ ਰਿਸ਼ਤੇਦਾਰੀਆਂ ਦੇ ਨਾਲ, ਬਾਕੀ ਸਾਰਾ ਪਿੰਡ ਇਹ ਚਹਿਲਾਂ ਦਾ ਸੀ ਤੇ ਭਲੇ ਮਨ ਚਹਿਲਾਂ ਦਾ, ਸਰਦਾਰਾਂ ਦਾ। ਤੇ ਇਹ ਜਿਹੜੇ ਨਾਲ ਵੀ ਪਿੰਡ ਦੱਸਿਆ ਨੇ ਮੈਨੂੰ ਜੀ, ਇਹ ਕਿੱਦਾਂ ਆਬਾਦ ਹੋਏ? ਇਹ ਦੋ ਸਰਦਾਰਾਂ ਨੇ ਜੀ ਕਲਮਾ ਲਿਆ ਪੜ, ਇਹਨਾਂ ਦੇ ਵਿੱਚ ਉਹ ਕਰਤਾਰ ਸਿੰਘ ਦੀ ਲੜੀ ਦੇ ਵਿੱਚੋਂ ਸਨ, ਤੇ ਜੋ ਕੁ ਸਾਨੂੰ ਵਡੇਰਿਆਂ ਦੱਸੇ। ਸਹੀ। ਤੇ ਇੱਕ ਜਿਉਣਾ ਸੀ ਤੇ ਖਿਉਣਾ ਸੀ, ਖਿਉਣੇ ਦੀ ਇਕੱਲੀ ਧੀ ਸੀ, ਜਿਉਣੇ ਦੀ ਔਲਾਦ ਹੈ ਸੀ। ਜਿਉਣੇ ਵਾਲੀ ਪੱਤੀ ਉਹ ਸਾਰੀ ਅੱਜ ਵੀ ਚਹਿਲਾਂ ਕੋਲ ਹੈ, ਚਹਿਲ ਜੱਟ ਆਬਾਦ ਨੇ ਜਿਹਨਾਂ ਕਲਮੇ ਪੜ੍ਹੇ ਸਨ। ਕਿਹੜੇ ਪਿੰਡ? ਆ ਨਾਲ ਜਿਉਣਾ।
ਤੇ ਆਹ ਜਿਹੜੀ ਪੱਤੀ ਸੀ ਖਿਉਣੇ ਵਾਲੀ ਜਿਹਦੀ ਇਕੱਲੀ ਧੀ ਸੀ ਚਹਿਲ ਦੀ, ਉਹਨਾਂ ਵੜੈਚਾਂ ਨੂੰ ਸਾਕ ਦੇ ਦਿੱਤਾ ਡਿਉੜੀ ਵਾਲਿਆਂ ਨੂੰ। ਹੁਣ ਇਸ ਟਾਈਮ ਮਾਸ਼ਾਅੱਲਾ 250-350 ਘਰ ਵੜੈਚਾਂ ਦਾ ਉਸ ਮਾਈ 'ਚੋਂ, ਉਸ ਮਾਈ 'ਚ ਨਸਲ ਵੱਧ ਗਈ ਉਹਨਾਂ ਬੱਲੇ ਬੱਲੇ ਜੀ। ਅੱਛਾ, ਤੇ ਇਸ ਪਿੰਡ ਦੇ ਵਿੱਚ ਕਿੰਨੇ ਗੁਰਦੁਆਰੇ ਸੀ? ਇੱਕ ਗੁਰਦੁਆਰਾ ਜੀ, ਇੱਕ ਧਰਮਸ਼ਾਲਾ ਸੀ, ਇੱਕ ਲਾਲ ਦੁਆਰਾ ਸੀ ਜਿਹੜਾ ਕਿ ਬਹੁਤ ਅੱਛਾ, ਚਾਰ ਦੁਆਰੀ ਹੋਈ ਹੋਈ ਸੀ, ਖੂਹੀ ਵਿੱਚ ਲੱਗੀ ਹੋਈ, ਕਮਰੇ ਲੱਗੇ ਹੋਏ ਸਨ, ਬੜਾ ਵੱਡਾ ਪਿੱਪਲ ਸੀ, ਟਾਹਲੀਆਂ ਸਨ, ਆਇਆ ਗਿਆ ਮੁਸਾਫਰ ਪਾਣੀ ਪੀਂਦਾ, ਆਰਾਮ ਕਰਦਾ, ਦੁਆ ਦਿੰਦਾ। ਇਸ ਪਿੰਡ ਦਾ ਜ਼ਿਲ੍ਹਾ ਕਿਹੜਾ? ਗੁਜਰਾਲਾ। ਤੇ ਤਹਿਸੀਲ ਇਹਦੀ ਕਿਹੜੀ ਸੀ? ਉਸ ਟਾਈਮ ਤੇ ਦਾ ਪਤਾ ਨਹੀਂ ਸਾਨੂੰ, ਇਸ ਟਾਈਮ ਜਿਹੜੀ ਸਾਡੇ ਪਿੰਡ ਲੱਗ ਰਹੀ ਹੈ ਨਸ਼ਹਿਰਾ ਵਿਰਕਾਂ ਲੱਗ ਰਹੀ ਹੈ। ਸਹੀ ਹੋ ਗਿਆ। ਤੇ ਉਦੋਂ ਇੱਥੇ ਮੁਸਲਮਾਨਾਂ ਦੇ ਕਿੰਨੇ ਘਰ ਆਬਾਦ ਸਨ? ਮਾੜੇ ਲੋਕਾਂ ਦੇ ਤਕਰੀਬਨ ਕੋਈ 100-125 ਘਰ ਹੋਵੇਗਾ, ਆਮ ਮਾੜੇ ਲੋਕਾਂ ਦਾ, ਜ਼ਿੰਮੇਦਾਰ ਨਹੀਂ, ਕੰਮੀ ਤਬਕਾ, ਮਾਲਕ ਨਹੀਂ, ਮਾਲਕ ਨਹੀਂ, ਮਾਲਕ ਸਿੱਖ ਹੀ ਸਨ, ਸਿੱਖ ਸਨ, ਘਰਾਂ ਤੋਂ ਬਗੈਰ ਹੋਰ ਕੋਈ ਮਲਕੀਅਤ ਉਹਨਾਂ ਦੀ ਨਹੀਂ ਸੀ। ਤੇ ਜਦੋਂ ਤੁਸੀਂ ਇੱਧਰ ਆਏ ਹੋ ਸਾਰੇ ਜੀ, ਉਦੋਂ ਇੱਥੇ ਬਿਲਡਿੰਗਾਂ ਉਹਨਾਂ ਦੇ ਘਰ ਪੁਰਾਣੇ ਹੈ ਸਨ ਮੌਜੂਦ? ਹਾਂ ਹੈ ਸਨ। ਚੰਗੀ ਹਾਲਤ 'ਚ ਸਨ? ਹਾਂ ਬਹੁਤ ਸਾ, ਬਹੁਤ ਅੱਛੀ ਹਾਲਤ। ਤੁਸੀਂ ਜਿਹੜੇ ਘਰ 'ਚ ਰਹਿੰਦੇ ਸੀ? ਹਾਂਜੀ, ਇਹ ਮੰਗਲ ਸਿੰਘ ਦਾ ਸੀ, ਮੰਗਲ ਸਿੰਘ ਬਾਜਾ ਸਿੰਘ ਉਹਨਾਂ ਦੇ ਪੁੱਤਰ ਦਾ ਨਾਂ ਸੀ, ਉਹਨਾਂ ਦੇ ਮਕਾਨ ਇਸ ਅਸੀਂ ਰਹਿੰਦੇ, ਬਹੁਤ ਅੱਛਾ ਮਕਾਨ ਉਹਨਾਂ ਬਣਾਇਆ ਹੋਇਆ ਸੀ, ਮਗਰ ਕੀ ਤੈਨੂੰ ਦੱਸੀਏ, ਉਹ ਲਿੰਟਰ ਨਹੀਂ ਪਾਏ ਜਿਹਨਾਂ ਦੀ ਵਜ੍ਹਾ ਤੋਂ ਅੱਜ ਉਹਨਾਂ ਦੇ ਨਿਸ਼ਾਨ ਜਿਹੜੇ ਨੇ ਨਾ ਟਹਿਣੇ ਪਏ ਬਾਰਿਸ਼ਾਂ ਦੇ ਨਾਲ। ਬਹੁਤ ਬਹੁਤ ਅੱਛੇ ਨਕਸ਼ੇ ਦਾ ਮਕਾਨ ਸੀ, ਕਰਤਾਰ ਸਿੰਘ ਦਾ ਖੂਹ ਸੀ, ਬੇਰ ਵਾਲਾ ਇਹਨੂੰ ਕਹਿੰਦੇ ਹਨ, ਉਹ ਜਾਇਦਾਦ ਸਾਨੂੰ ਅਲਾਟਮੈਂਟ ਹੋਈ ਹੈ ਉਹਦੀ ਜ਼ਮੀਨ ਤੁਹਾਨੂੰ, ਹਾਂ ਕਰਤਾਰ ਸਿੰਘ ਵਾਲੇ ਡੇਰੇ ਫੀਰ ਮੌਲਾ ਵਾਲੀ ਮਦਦ, ਅਤੇ 32 ਕਿੱਲੇ ਸਾਨੂੰ ਇੱਥੇ ਅਲਾਟਮੈਂਟ ਹੋਈ ਹੈ, ਅਤੇ ਜਿਹੜੇ ਕਿ ਬਜ਼ੁਰਗ ਕਹਿੰਦੇ ਹਨ ਸਾਡਾ 150 ਕਿੱਲਾ ਸੀ, ਅਤੇ ਮਿਲੀ ਸਾਨੂੰ ਸਿਰਫ 32 ਕਿੱਲੇ ਮਿਲੇ 32। ਉਹ ਪਿੱਛੇ ਤੁਹਾਡਾ ਪਿੰਡ ਸੀ, ਉਹਦਾ ਨਾਂ ਦੱਸਣਾ? ਉਹਦਾ ਬੋੜ ਸ਼ਾਮ ਪਿੰਡ ਸੀ, ਜ਼ਿਲ੍ਹਾ ਕਰਨਾਲ ਦੇ ਵਿੱਚ, ਜ਼ਿਲ੍ਹਾ ਕਰਨਾਲ। ਹਾਂ, ਫਿਰ ਉਹ ਜਿਹੜੇ ਇਹ ਲੋਕ ਸਨ ਇਹੋ ਜਿਹੇ ਵਰਗੇ ਪੁਰਾਣੇ ਇੱਥੋਂ ਦੇ ਵਸਨੀਕ, ਉਹਨਾਂ ਤੋਂ ਸਾਨੂੰ ਉਹਨਾਂ ਦੇ ਬਾਰੇ ਮਾਲੂਮਾਤ ਜਿਹੜੀ ਹੈ ਨਾ ਸਾਰੀ ਫਿਰ ਮਿਲੀ, ਵੀ ਕੌਣ ਅੱਛਾ ਸੀ, ਕੌਣ ਬੁਰਾ ਸੀ, ਕੌਣ ਚੋਰ ਸੀ, ਕੌਣ ਚਦਰਾ ਕਰਦਾ, ਕੌਣ ਮੁਨਸਿਫ ਲੋਕ ਸੀ, ਕਿਹੜਾ ਸਰਦਾਰ ਅੱਛਾ ਸੀ, ਉਹਨਾਂ ਦੇ ਬਾਰੇ ਫੀਰ ਮੌਲਾ ਵਾਲੀ ਮਦਦ। ਅੱਛਾ ਜੀ, ਤੇ ਉਸ ਇਸ ਪਿੰਡ ਦੇ ਵਿੱਚ ਉਦੋਂ ਕਿੰਨੇ ਕੁ ਸਨ ਜਿਹੜੇ ਇੱਥੋਂ ਦੇ ਲੰਬੜਦਾਰ? ਲੰਬੜਦਾਰ ਦੋ ਜੀ, ਦੋ ਲੰਬੜਦਾਰ ਸਨ, ਉਹਨਾਂ ਦਾ ਨਾਂ ਪਤਾ? ਨਹੀਂ ਜੀ, ਨਾਵਾਂ ਦਾ ਨਾਮ, ਇੱਕ ਤੇ ਲੰਬੜਦਾਰ ਸੀ ਜਾਰੇ, ਜ਼ਾਰਾ ਸਿੰਘ, ਜ਼ਾਰਾ ਹੀ, ਜ਼ਾਰਾ ਲੰਬੜ ਸੀ, ਤੇ ਇੱਕ ਹੋਰ ਸੀ ਵੇਖ, ਬੜੀ ਮੁੱਦਤ ਦੀ ਵੀ ਸੁਣ ਕੇ ਸੰਧੂਆਂ ਚ ਲਾਲ, ਨਾ ਬਾਬਾ ਜੀ ਭੁੱਲ ਜਾਂਦਾ, ਪੁਰਾਣੀ ਉਮਰ 100 ਸਾਲ ਤੋਂ ਟੱਪਦੇ ਨੇ, 2 ਸਾਲ ਹੋ ਗਏ ਉੱਤੇ ਇਹਨਾਂ ਨੂੰ, 100 ਸਾਲ ਤੋਂ। ਅੱਛਾ ਜੀ, ਤੇ ਹੋਰ ਇੱਥੇ ਕਿਹੜੇ ਕਿਹੜੇ ਪੁਰਾਣੇ ਬਿਲਡਿੰਗਾਂ ਦੇ ਵਿੱਚ ਹਵੇਲੀ ਜੀ? ਮੈਂ ਸੁਣਿਆ ਇਹਦੇ ਵਿੱਚ, ਮੈਨੂੰ ਇੱਕ ਦੋਸਤ ਨੇ ਉਧਰੋਂ ਵੀਡੀਓ ਭੇਜੀ ਸੀ ਜੀ, ਉਹਦੇ ਵਿੱਚ ਦੱਸ ਰਹੇ ਨੇ ਜੀ ਹਜ਼ਾਰਾ ਸਿੰਘ ਨੇ ਕੀ ਨਾਂ ਲੈ ਰਹੇ ਸਨ ਸਿੱਖ ਸਾਹਿਬਜ਼ਾਦ ਦੇ, ਉਹਨਾਂ ਦੀ ਹਵੇਲੀ ਇੱਥੇ ਨਵੀਂ ਨਵੀਂ ਉਦੋਂ ਬਣੀ ਸੀ। ਇੱਕ ਤਾਂ ਸੰਤ ਸਿੰਘ ਸੀ ਨਾ, ਕਹਿੰਦੇ ਜ਼ਮੀਨ 60 ਕਿੱਲੇ ਸੀ ਜੀ ਜੀ, ਬਹਾਦਰ ਸਿੰਘ ਪੁੱਤਰ ਸੀ, ਹਵੇਲੀਆਂ ਦੇ ਨਾ ਸਰਦਾਰਾਂ ਕੋਈ 10 ਸਾਲ ਹੋਏ ਬਣਾਈ ਸੀ, ਕੋਈ 5 ਸਾਲ ਹੋਏ ਬਣਾਈ, ਕੋਈ 100 ਮਤਲਬ 2 ਸਾਲ ਹੋਏ ਬਣਾਈ ਤੇ ਜਾਣਾ ਪੈ ਗਿਆ, ਤੇ ਇਸੇ ਤਰ੍ਹਾਂ ਇਹਨਾਂ ਆਪਣੇ ਸੋਹਣੇ ਮਕਾਨ ਬਣਾਏ ਹੋਏ ਸਨ, ਤੇ ਸੋਹਣੇ ਹਵੇਲੀਆਂ ਬਣੀਆਂ ਹਨ ਇਹਨਾਂ ਦੀਆਂ, ਤੇ ਉਹ ਫਿਰ ਇਹ ਤੇ ਕਦਰ ਕਰਨਾ ਨਾ ਕਰਦਣਾ ਇਹ ਤੇ ਵੱਖਰੀ ਬਾਤ ਹੈ ਨਾ, ਤੇ ਬਹੁਤ ਅੱਛਾ ਹੀ ਮਾਹੌਲ ਇਹਨਾਂ ਦਾ, ਤੇ ਉਹਨਾਂ ਸਾਨੂੰ ਦੱਸਿਆ ਵੀ ਲਓ ਬਾਬਾ ਜੀ। ਇੱਥੋਂ ਦਾ ਇੱਕ ਯਾਸੀਨ ਲੰਬੜਦਾਰ ਹੈ, ਤੇ ਇੱਕ ਅਚੂੰਗ ਹੈ ਜਿਹੜੀ ਉੱਥੋਂ ਦਾ ਵੜੈਚ ਲੰਬੜਦਾਰ ਹੈ, ਚਹਿਲਾਂ ਵਾਲੇ ਜੱਟ ਚਹਿਲਾਂ ਵਾਲੇ ਸਰਦਾਰਾਂ ਵਾਲੀ ਲੰਬੜਦਾਰੀ ਹੈ ਨਾ, ਉਹ ਅਜੇ ਨੂਰਪੁਰ 'ਚ, ਅਤੇ ਜਿਹੜੀ ਦੂਸਰੀ ਲੰਬੜਦਾਰੀ ਸੀ ਨੂਰਪੁਰ ਦੀ ਉਹ ਝੂੰਗ ਟੁੱਟ ਗਈ ਵੜਾਚਾਂ ਕੋਲ। ਇਸ ਪਿੰਡ ਦਾ ਰਕਬਾ ਵਾਹਵਾ ਸੀ ਮਾਸ਼ਾਅੱਲਾ, ਕੋਈ 2200-2300 ਕਿੱਲਾ ਮਿਲਕੀ ਹਾਂਜੀ ਨੂਰਪੁਰ ਦਾ, ਸ਼ਮੂਲਾ ਝੂੰਗ ਜਾਣਾ ਵਿੱਚ ਹੀ ਸ਼ਮੂਲਾ, ਇਹਦਾ ਇਹਦੇ ਵਿੱਚ ਖੂਹ ਵੀ ਹੈ ਸਨ ਇਸ ਪਿੰਡ ਦੇ? ਹਾਂਜੀ, ਖੂਹ ਵੀ ਸਨ, ਇੱਕ ਜਿੱਥੇ ਦੁਕਾਨਾਂ ਪਈਆਂ ਨੇ ਅਸਲਮ ਚੇਅਰਮੈਨ ਦੇ ਸਾਹਮਣੇ ਖੂਹ ਸਾਡੀ ਓਸ਼ੇ 'ਚ, ਇੱਕ ਨੂਰ ਸ਼ਾਹ ਦੇ ਉੱਤੇ ਖੂਹ, ਇੱਕ ਨਾਲ
ਜਿਹੜਾ ਗਾਮੂਕਿਆਂ ਕੋਲ ਖੂਹ ਇਹ ਕਿੰਨਾ ਦਾ ਸੀ? ਆ ਗਾਮੂਕਿਆਂ ਮਹੀਦੇਰਾਂ ਦਾ ਖੂਹ ਜਿਹੜਾ ਹੁੰਦਾ ਸੀ ਆ ਗਰਾਊਂਡ ਦੇ ਕੋਲ ਸੰਧੂਆਂ ਦਾ ਹੈ ਸੀ ਕਿਹਦਾ? ਲੰਬੜਾਂ ਦਾ ਜਿਹਦੇ ਕੋਲ ਅਸੀਂ ਸਾਂ ਉਹ ਖੂਹ ਸੀ ਜੀ ਕਰਤਾਰ ਸਿੰਘ ਦਾ ਅਤੇ ਫਿਰ ਅਸਾਂ ਟੂਰ ਲਵਾ ਲਿਆ ਪੂਰੇ ਨੇ ਸਾਡੇ ਏਰੀਏ ਦੇ ਵਿੱਚ ਸਾਡੇ ਰਕਬੇ 'ਚ ਚਾਰ ਖੂਹ ਆਏ ਇੱਕ ਬਾਗ ਵਾਲਾ ਖੂਹ ਆਇਆ ਬਾਗਾਂ ਵਾਲਾ ਜਿਹੜਾ ਦੂਰ ਸਿੰਘ ਦਾ ਘੁਆਉਂਦਾ ਸੀ ਇੱਕ ਜਿਹਦੇ ਉੱਤੇ ਮਤਲਬ ਆਪਣੇ ਮਾਲਦਾਰੀ ਰੱਖੀ ਉਹ ਕਰਤਾਰ ਸਿੰਘ ਦਾ ਡੇਰਾ ਘੁਆਉਂਦਾ ਸੀ ਬੇਰ ਵਾਲਾ ਅਤੇ ਇੱਕ ਕੁੱਕੇ ਵਾਲਾ ਡੇਰਾ ਆ ਗਿਆ ਵਿੱਚ ਉਹ ਵੀ ਖੂਹ ਸਾਡੇ ਕੋਲ ਇੱਕ ਕਪੂਰੇ ਵਾਲਾ ਕਪੂਰਾ ਸੀ ਇੱਕ ਪੂਰਾ ਵੀ ਚਹਿਲ ਸੀ ਕਿ ਸੰਧੂ ਸੀ ਇੱਕ ਕਪੂਰਾ ਸਿੰਘ ਸੀ ਜਿਹੜਾ ਉਹਦਾ ਡੇਰਾ ਵੀ ਸਾਡੇ ਜਾਇਦਾਦ 'ਤੇ ਆ ਗਿਆ ਆਹੋ ਜੀ ਸਹੀ ਬਜ਼ੁਰਗੋ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਮਦੀਨ ਅਹਿਮਦੀਨ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਜੀਵਾ ਜੀਵਾ ਤੁਹਾਡੀ ਬਰਾਦਰੀ ਕਿਹੜੀ ਹੈ? ਨਾਈ ਹੈ ਸੀ ਅੱਛਾ ਨਾਈ ਸਹੀ ਹੈ ਤੇ ਇਹ ਜਿਹੜਾ ਨੂਰਪੁਰ ਚਹਿਲ ਪਿੰਡ ਹੈ ਤੁਸੀਂ ਇੱਥੋਂ ਦੇ ਵਾਸੀ ਹੋ ਪੁਰਾਣੇ? ਅਸੀਂ ਪੁਰਾਣੇ ਵਾਸੀ ਹਾਂ ਅੱਛਾ ਤੁਹਾਨੂੰ ਤਾਂ ਫਿਰ ਪਤਾ ਹੋਣਾ ਇੱਥੇ ਕਿਹੜੇ ਕਿਹੜੇ ਸਿੱਖ ਆਬਾਦ ਸਨ? ਇਹ ਤੇ ਸਾਡੇ ਪਿੰਡ ਹਾਂਜੀ ਸਾਡੇ ਪਿੰਡ ਚਹਿਲ ਹਾਂਜੀ ਤੇ ਆਹ ਸੰਧੂ ਜਿਹੜੇ ਸਨ ਇਹ ਨਾਨਕੇ ਘਰ ਤੇ ਆਏ ਹੋਏ ਸਨ ਅੱਛਾ ਅੱਛਾ ਤੇ ਚਹਿਲ ਮਾਲਕ ਚਹਿਲ ਸਨ ਚਹਿਲ ਜਿਹੜੇ ਨੇ ਨਾ ਉਹ ਜਿਮੀਦਾਰ ਸਨ ਆਪਣੀ ਜ਼ਮੀਨ ਸੀ ਉਹਨਾਂ ਦੀ ਉੱਥੇ ਹੋਰ ਕੋਈ ਨਹੀਂ ਆਇਆ ਹੁਣ ਬਥੇਰੇ ਆ ਗਏ ਨੇ ਸਹੀ 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 ਹਾਂ ਤੁਹਾਡੇ ਪਿੰਡ ਦੇ ਲੰਬੜਦਾਰ ਕਿਹੜੇ ਕਿਹੜੇ ਸਨ? ਇੱਕ ਦੱਸਿਆ ਨਾ ਬਜ਼ੁਰਗਾਂ ਨੇ ਕਿ ਇੱਕ ਤੇ ਕੀ ਨਾਮ ਉਹਨਾਂ ਦਾ ਨਾਂ ਲਿਆ ਸੀ ਸਿੱਖ ਦਾ ਹਜਾਰਾ ਸਿੰਘ ਸੀ ਇੱਕ ਦੇ ਨਾਂ ਤੇ ਇੱਕ ਦੇ ਨਾਂ ਸੀ ਵੇਖ ਚਹਿੜਾਂ ਦਾ ਜਿਹੜਾ ਚਹਿੜਾਂ ਦਾ ਸੀ ਉਹ ਸੀ ਹਜ਼ਾਰਾ ਚਲੋ ਠੀਕ ਹੋ ਗਿਆ ਤੇ ਸੰਧੂਆਂ ਦਾ ਜਿਹੜਾ ਸੀ ਨਾ ਉਹਦੇ ਨਾਂ ਸੀ ਇਹਨਾਂ ਸੰਧੂਆਂ ਦਾ ਉਹਦੇ ਨਾਂ ਸੀ ਵੇਖੋ ਜੀ ਮੇਰੇ ਹੁਣ ਦਿਮਾਗ ਵਿੱਚ ਚਲੋ ਕੋਈ ਨਹੀਂ ਦੱਸਿਆ ਸੀ ਉਹਨਾਂ ਨੇ ਯਾਦ ਆ ਗਿਆ ਤੇ ਇਹ ਦੱਸਣਾ ਮੈਨੂੰ ਹਾਂਜੀ ਇੱਥੇ ਸਕੂਲ ਹੈ ਸੀ ਉਸ ਜ਼ਮਾਨੇ 'ਚ ਸਕੂਲ ਸੀ ਉਹ ਆਹ ਜਿਹੜਾ ਬਾਜ਼ਾਰ ਜਾਂਦਾ ਨਾ ਅੰਜਨ ਉਹ ਜਿਹੜਾ ਪੁਰਾਣਾ ਬਜ਼ੁਰ ਪੁਰਾਣਾ ਹੁਣ ਤੇ ਨਵਾਂ ਬਣ ਗਿਆ ਨੇ ਨਾ ਉਹ ਪੁਰਾਣਾ ਹੁੰਦਾ ਸੀ ਅੱਜ ਵੀ ਪੁਰਾਣਾ ਪ੍ਰਾਇਮਰੀ ਹੈ ਕਿੰਨਵੀਂ ਤੱਕ ਸਕੂਲ ਸੀ? ਹਾਂਜੀ ਪੰਜਵੀਂ ਦਾ ਤੁਸੀਂ ਜਾਂਦੇ ਸੀ ਸਕੂਲ? ਹਾਂਜੀ ਤੁਸੀਂ ਸਕੂਲ ਜਾਂਦੇ ਰਹੇ ਹੋ? ਆ ਜਾਂਦੇ ਹਨ ਨਿੱਕੇ ਨਿੱਕੇ ਹੁੰਦੇ ਹਨ ਕਿਹੜੇ ਮਾਸਟਰ ਸਨ ਕੀ ਨਾਂ ਸੀ ਉਹਨਾਂ ਦਾ? ਉਹ ਨਾਂ ਉਹ ਸਾਨੂੰ ਭੁੱਲ ਪਰ ਉਹਦਾ ਮਾਸਟਰ ਨੇ ਕਹਿ ਲਿਆ ਨਾ ਤੁਹਾਨੂੰ ਕੀ ਦੱਸੀਏ ਸਹੀ ਹੋ ਗਿਆ ਤੇ ਹੋਰ ਕੋਈ ਪਿੰਡ ਦੀ ਗੱਲਬਾਤ ਯਾਦ ਹੈ? ਪਿੰਡ ਸਾਡਾ ਬੜਾ ਬੜੇ ਚੰਗੇ ਸਨ ਸਿੱਖ ਵੀ ਹਾਂਜੀ ਸਾਨੂੰ ਤਕਲੀਫ ਕੋਈ ਨਹੀਂ ਸੀ ਉਹਨਾਂ ਦੀ ਕੋਈ ਸਾਡੇ ਤੇ ਹੱਥ ਬਥੇਰਾ ਦੱਸਦੇ ਹਨ ਉਹਨਾਂ ਨੇ ਤੁਹਾਡੇ ਕੋਲ ਝੂਠ ਮਾਰੀਏ ਰਾਜਪੂਤ ਆ ਗਏ ਨੇ ਉਹਨੇ ਵੀ ਬੜਾ ਰੱਖਦੇ ਨੇ ਹਾਂਜੀ ਤੇ ਸਾਨੂੰ ਨਾ ਉਦੋਂ ਤਕਲੀਫ ਸੀ ਨਾ ਆਉਣੇ ਕੋਈ ਆਪਣਾ ਮੌਜ ਮੌਜਾਂ ਨਾਲ ਉਦੋਂ ਵੀ ਰਹਿੰਦੇ ਆ ਜਦੋਂ ਜਾਣੇ ਪਏ ਨੇ ਹਾਂਜੀ ਉਦੋਂ ਇੱਥੇ ਹਮਲਾ ਸ਼ਮਲਾ ਹੋਇਆ ਨਾ ਇੱਥੇ ਹਮਲਾ ਕੋਈ ਨਹੀਂ ਤੁਹਾਨੂੰ ਦੱਸਿਆ ਵਾ ਜਦੋਂ ਡਿਊਟੀ ਲਡਾਈ ਹੋਈ ਹੈ ਨਾ ਹਾਂਜੀ ਤੇ ਉੱਥੋਂ ਦੁਨੀਆ ਭਜੀ ਹੈ ਡਿਊਟੀ ਦੀ ਥੋੜ੍ਹੀ ਗੱਲ ਦਾ ਸੁਣਾਓ ਥੋੜ੍ਹੀ ਜੀ ਡਿਊਟੀ ਇੱਕ ਬਦਮਾਸ਼ ਸੀ ਹਾਂਜੀ ਉਸ ਉੱਥੇ ਨਾ ਇਕੱਠੇ ਕੀਤੇ ਹਨ ਬਦਮਾਸ਼ ਟੱਪੇ ਦੇ ਸਾਰੇ ਤੇ ਇਹ ਜਦੋਂ ਨਗਰੀ ਦੇ ਦੁਨੀਆ ਹਾਲੀ ਨਾ ਕੁਝ ਕੋਈ ਦੇਲੀ ਨਾ ਪਹਿਲੀ ਟੁਰ ਗਏ ਸਨ ਜਿਹਨਾਂ ਨੂੰ ਪਤਾ ਸੀ ਹਾਂਜੀ ਤੇ ਸਾਡੇ ਪਿੰਡ ਦਾ ਖੱਤਰੀ ਸੀ ਹਾਂਜੀ ਉਹ ਪਹਿਲੀ ਸਾਲ ਟੁਰ ਗਿਆ ਸੀ ਸਹੀ ਇਹ ਦਸ ਸਾਲ ਟੁਰ ਗਿਆ ਸੀ ਤੇ ਇਹ ਦੂਜੇ ਜਿਹੜੇ ਕਿੱਥੇ ਹਾਂ ਜਾਣਾ ਇੱਥੇ ਰਹਿਣਾ ਉਹ ਫਿਰ ਸਾਲ ਬਾਅਦ ਨਾ ਉਹ ਆਪਣੀਆਂ ਚੀਜ਼ਾਂ ਸਭ ਕੁਝ ਲੈ ਗਿਆ ਸੀ ਤੇ ਡੰਗਰ ਡੁੰਗਰ ਸਭ ਘਰ ਬੂ ਆਪਣਾ ਲੈ ਗਿਆ ਸੀ ਉੱਥੇ ਇੱਥੇ ਵਿਆਹ ਆਇਆ ਸੀ ਘਰ ਜੋ ਆਈ ਸੀ ਅਤੇ ਉਹ ਫਿਰ ਲੈ ਗਿਆ ਅੱਛਾ ਲੜਾਈ ਫਿਰ ਕਿੱਦਾਂ ਹੋਈ ਉੱਥੇ ਉੱਥੇ ਲੜਾਈ ਜਨਾਬ ਹੋਈ ਹੈ ਬੜੀ ਹਮਲਾ ਹੋਇਆ ਉੱਥੇ ਹਮਲਾ ਹੋਇਆ ਜਿਹੜੇ ਸਿੱਖ ਚੋਖੇ ਇਕੱਠੇ ਹੋ ਗਏ ਸਨ ਅਤੇ
ਉਹਨੇ ਤੁਹਾਨੂੰ ਦੱਸਿਆ ਵੀ ਮਾਰ ਛੱਡਿਆ ਦੋ ਕਿਹੜੇ ਦੇ ਮੁਸਲਮਾਨ ਆ ਚੰਗੇ ਜਵਾਨ ਉਹਨਾਂ ਮਾਰੇ ਗੋਲੀ ਨਾਲ ਉਹ ਸੇਮ ਦੇ ਵਿੱਚ ਰੋਡ ਛੜੇ ਰੋਡ ਛੜੇ ਜਿਹੜੇ ਉਹ ਫਿਰ ਰੋਏ ਜਾ ਕਿਹੜੇ ਰੋਏ ਜਾ ਕਿਹੜੇ ਜਿਹੜੇ ਤੇ ਸਾਈ ਜੀ ਉਹਨਾਂ ਨੂੰ ਥੋੜਾ ਮਗਾਲਤਾ ਲੱਗ ਗਿਆ ਸਰਦਾਰਾਂ ਨੂੰ ਉਹਨਾਂ ਇਹ ਗੱਲ ਆਖੀ ਸਾਡੀ ਇੱਥੇ ਪਤਾਲ ਜੜਾਂ ਗਈਆਂ ਨੇ ਸਾਨੂੰ ਕੌਣ ਇੱਥੋਂ ਲਿਜਾਣ ਵਾਲਾ ਤੇ ਉਹ ਕਿਲੇ ਦੇ ਮੁਸਲਮਾਨ ਜਾਂ ਹੋਰ ਲਾਮ ਦੇ ਵੀ ਆ ਕੇ ਉਹਨਾਂ ਆਖਿਆ ਵੀ ਤੁਹਾਨੂੰ ਵੱਖਰਾ ਮੁਲਕ ਹੋ ਗਿਆ ਤੇ ਤੁਸੀਂ ਇਹ ਛੱਡ ਦੇ ਤੇ ਤੁਸੀਂ ਟੁਰ ਜਾਓ ਉਹ ਨਹੀਂ ਗਏ ਨਾ ਜਾਣ ਤੋਂ ਫਿਰ ਫਾਇਰਿੰਗ ਖੁੱਲ ਗਈ ਜਿਹਦੇ ਵਿੱਚ ਦੋ ਮੁਸਲਮਾਨ ਪਹਿਲਾਂ ਮਰੇ ਉਹ ਮੁਸਲਮਾਨਾਂ ਜਾ ਕੇ ਰੌਲਾ ਕਿਲੇ 'ਚ ਪਾਇਆ ਕਿਲਾ ਸਾਰਾ ਚੜ੍ਹ ਕੇ ਆ ਗਿਆ ਫਿਰ ਉੱਥੇ ਮਤਲਬ ਤੈਨੂੰ ਪਤਾ ਜਿੱਥੇ ਜ਼ੇਕ ਦਾ ਦਾਰੂ ਦੋ ਦੋ ਦੇ ਦਾਰੂ ਚਾਰ ਫਿਰ ਇਹ ਚੋਖੇ ਹਨ ਉਹ ਸਰਦਾਰ ਥੋੜ੍ਹੇ ਹਨ ਫਿਰ ਜਿਹੜਾ ਭੱਜ ਕੇ ਘੋੜੀਆਂ 'ਤੇ ਨਿਕਲ ਗਿਆ ਜਿਹੜਾ ਰਹਿ ਗਿਆ ਭਾਈ ਫਿਰ ਮਰ ਗਿਆ ਕੋਈ ਮਰ ਗਿਆ ਕੋਈ ਨਿਕਲ ਗਿਆ ਇੱਕ ਜਿਹੜਾ ਸਿੱਖ ਸੀ ਨਾ ਉਹ ਤੇ ਇੱਕ ਹੋਰ ਵੀ ਕੋਈ ਜੀ ਸਨ ਜਿਹੜੇ ਭਲਵਾਨ ਸੀ ਨਾ ਭਲਵਾਨ ਉਹ ਜਿਹੜੇ ਕਰਦਾ ਸੀ ਉਹਨਾਂ ਦੇ ਵਿੱਚੋਂ ਭਲਵਾਨ ਰਹਿ ਗਿਆ ਤੇ ਉਹ ਸਿੱਖ ਰਹਿ ਗਿਆ ਉੱਤੇ ਚਪਾੜੇ ਭਲਵਾਨ ਦਾ ਨਾਂ ਅਨੋਖਾ ਸਿੰਘ ਸੀ ਅਨੋਖਾ ਸਿੰਘ ਆਹੋ ਇਹੋ ਜਿਹਾ ਹੀ ਨਾਂ ਸੀ ਉਹਦਾ ਉਹ ਜਿਹੜੇ ਉੱਤੋਂ ਗੋਲੀ ਚਲਾਈ ਆਉਂਦਾ ਸੀ ਨਾ ਅਸਲਾ ਬੜਾ ਸੀ ਉਹਦੇ ਕੋਲ ਹਾਂਜੀ ਥੱਲੇ ਕੋਈ ਪਿਆ ਸੀ ਤੇ ਕੁਝ ਚਪਾੜੇ 'ਤੇ ਲੈ ਕੇ ਚੜਿਆ ਸੀ ਉਹ ਫਿਰ ਚਲਾਈ ਆਇਆ ਉੱਤੋਂ ਉਹ ਜਿਹੜੇ ਗਿਆ ਨਾ ਮੁੱਖ ਤੇ ਸਾਡਾ ਇਹ ਮੁਸਲਮਾਨਾਂ ਦਾ ਅਮਲਾ ਸੀ ਨਾ ਪਿਆ ਕਿਲੇ ਦਿਆਂ ਦਾ ਇਹ ਫਿਰ ਚੜ ਗਿਆ ਵਿੱਚ ਵੜ ਗਿਆ ਪਿੰਡ ਦੇ ਕਿਲਾ ਦਦਾਰ ਸਿੰਘ ਦੇ ਸਨ ਹਾਂ ਕਿਲਾ ਦਦਾਰ ਸਿੰਘ ਦੇ ਵਿੱਚ ਵੜ ਗਿਆ ਜਿਹੜੇ ਉਹ ਫਿਰ ਥੱਲੇ ਉਂਜ ਕਰਕੇ ਨਾ ਇੱਕ ਬੰਦਾ ਸੀ ਥੱਲੇ ਉਹਨਾਂ ਦਾ ਉਹ ਲੱਗਾ ਉਹਨੂੰ ਅਸਲਾ ਲੈ ਕੇ ਤੇ ਪੌੜੀਆਂ ਨਾਲ ਚੜ੍ਹਨ ਲੱਗਾ ਨਾ ਥਾਣੇਦਾਰ ਫਿਰ ਮਾਰੀ ਬੰਦੂਕ ਉਹਨੂੰ ਮਾਰੀ ਜਿਹੜੇ ਪੌੜੀਆਂ ਨੂੰ ਰੇੜੇ ਦਾ ਲੱਗਾ ਅਸਲਾ ਵੀ ਡਿੱਗ ਪਿਆ ਥੱਲੇ ਫਿਰ ਵੜ ਗਿਆ ਵਿੱਚ ਪੁਲਿਸ ਵਾਲੇ ਉਹ ਫਿਰ ਉਹਨੂੰ ਜਾ ਫੜੇ ਉਹਨੇ ਉੱਥੇ ਉਹਨੂੰ ਮਾਰ ਕੇ ਫਿਰ ਨਾ ਮਾਰ ਕੇ ਫਿਰ ਵਗਾਇਆ ਹਨ ਆਹ ਮਾਰ ਕੇ ਵਗਾਇਆ ਹਨ ਅਤੇ ਜਿਹੜਾ ਭਲਵਾਨ ਸੀ ਨਾ ਉਹ ਵਿਚਾਰਾ ਨੰਗ ਪਨੰਗਾ ਨਾ ਇੱਥੇ ਸਾਡੇ ਪਿੰਡ ਆ ਗਿਆ ਲੱਗਦੀ ਲੱਠੀ ਅਤੇ ਚੀਗਾ ਗਲ ਫਿਰ ਸਾਡਿਆਂ ਨਾਲ ਨਗਰੀ ਦਾ ਇਹ ਤਾਂ ਜਲਾ ਹੁੰਦੇ ਸਨ ਉਹ ਉਹਨਾਂ ਵਿਚਾਰਿਆਂ ਨਾ ਉਹਨਾਂ ਫਿਰ ਲੱਗਦੀ ਲੁਗਦੀ ਦਿੱਤੀ ਚੀਗਾ ਦਿੱਤਾ ਪਾਇਆ ਅਤੇ ਉਹ ਫਿਰ ਅੰਜ ਕਰਕੇ ਇਹਨਾਂ ਨਾਲ ਗਾਇਆ ਸੀ ਲੱਕ ਕੋਨੀ ਸੀ ਮੋਟੇ ਮੋਟੇ ਘਰ ਜਿਹੜੇ ਹਨ ਮੋਟਾ ਮੋਟਾ ਘਰ ਸਨ ਰਾਮਾ ਦੁਆਲੇ ਵਾਲੇ ਉਹਨਾਂ ਦਾ ਨਾਮ ਮੰਗਲ ਸਿੰਘ ਦੋ ਜਿਹੜੇ ਬੋਰਡ ਵਾਲੀ ਹਵੇਲੀ ਜ਼ੈਲਦਾਰਾਂ ਦੇ ਕੋਲ ਇਹਦੇ ਨਾਂ ਕੀ ਸੀ ਸਰਦਾਰ ਦੇ ਇਹਦੇ ਨਾਂ ਤੇ ਸੀ ਇੱਕ ਤੇ ਸਰਦਾਰ ਦੇ ਨਾਂ ਸੀ ਰਸਾਲਦਾਰ ਸੀ ਰਸਾਲਦਾਰ ਤੇ ਉਹ ਪਰਲੇ ਲਾਮੇ ਰਹਿੰਦੇ ਹਨ ਨਾ ਉਹ ਮੁੱਖੀ ਪਠਾਣਾ ਹਲ ਸੀ ਨਾ ਹਵੇਲੀ ਰਸਾਲਦਾਰ ਦੀ ਤੇ ਉਹ ਹਵੇਲੀ ਸੀ ਨਾ ਪਰਾਂ ਆਹੋ ਤੇ ਆਹ ਜਿਹੜਾ ਆਹ ਕਲਾ ਨੌਰੀ ਰਹਿੰਦੇ ਨੇ ਜਿੱਥੇ ਆ ਬੋਰਡ ਵਾਲੀ ਹਵੇਲੀ ਉਹ ਹਾਂਜੀ ਸੰਤ ਸਿੰਘ ਹਾਂ ਹੋਰ ਕਿਹੜਾ ਸੀ ਸੰਤ ਸਿੰਘ ਜਿਹੜਾ ਸੀ ਨਾ ਉਹ ਸੀ ਇਹ ਥਰਕਾਣਾ ਵਾਲੇ ਖੂਹ ਦਾ ਉਹਦੀ ਕਿੰਨੀ ਕੁ ਜ਼ਮੀਨ ਸੀ ਉਹਦੀ ਜ਼ਮੀਨ ਬੜੀ ਸੀ ਉਹਦੀ ਜਿਉਂ ਟੁੱਟਦੀ ਸੀ ਨਾ ਉੱਥੋਂ ਆਹ ਪਿੰਡ ਤਾਈਂ ਅਤੇ ਰਾਮਾ ਦੁਆਲੇ ਵਾਲੇ ਦੀ ਵੀ ਜ਼ਮੀਨ ਬਥੇਰੀ ਸੀ ਦੋ ਢਾਈ ਮੁਰੱਬੇ ਉਹਦੀ ਹਾਂਜੀ ਦੋ ਢਾਈ ਮੁਰੱਬੇ ਤਾਂ ਨਹੀਂ ਸੀ ਪਰ ਦੋ ਕੁ ਮੁਰੱਬੇ ਡੂਢ ਕੁ ਮੁਰੱਬਾ ਹੋਣੀ ਹੈ ਇੱਕ ਜਿਹੜੇ ਸਨ ਨਾ ਮਹਿਰੇ ਵਾਲੇ ਜੱਟ ਉਹਨਾਂ ਦੀ ਜ਼ਮੀਨ ਉੱਥੋਂ ਮਹਿਰੇ ਵਾਲੇ ਨੂੰ ਟੁੱਟਦੀ ਆਹ ਜਿਹੜਾ ਸਹੀ ਸਾਜਿਆਂ ਦੀ ਠੱਟੀ ਇਹ ਸਾਰੀ ਉਹਨਾਂ ਦੀ ਜ਼ਮੀਨ ਸੀ ਹਾਂਜੀ ਇੱਕ ਮੋਹਰੀ ਜੱਟ ਜਿਹੜਾ ਸੀ ਨਾ ਖੰਡੂ ਵਾਲੇ ਵਾਲਾ ਉਹਦੀ ਜ਼ਮੀਨ ਬੜੀ ਸੀ ਉਹ ਫਿਰ ਵੇਚੀ ਉਹ ਟਿੱਬੇ ਵਾਲੀ ਜ਼ਮੀਨ ਉਹ ਵੇਚੀ 50 ਰੁਪਏ ਕਿੱਲਾ 50 ਰੁਪਏ ਕਿੱਲਾ ਚਾਰ ਸਿੱਖ ਆਏ ਹਨ ਜੀ ਸਰਦਾਰ ਇੱਥੇ ਦੁਬਾਰਾ ਜਿਨ੍ਹਾਂ ਦੇ ਵਿੱਚੋਂ ਮੋਹਰੀ ਸਿੰਘ ਵੀ ਸੀ ਮੋਹਰ ਸਿੰਘ ਦੀ ਜ਼ਮੀਨ ਬੜੀ ਸੀ ਉਹ ਆਏ ਨੇ ਉਹਨਾਂ ਆਖਿਆ ਜੀ ਉਸ ਟਾਈਮ ਸਾਡੇ ਬਜ਼ੁਰਗ ਦੀ ਗੱਲ ਚੱਲਦੀ ਸੀ ਅਤੇ ਉਹ ਆ ਗਿਆ ਸਾਡੇ ਕੋਲ ਬਜ਼ੁਰਗ ਨੇ ਬਿਠਾ ਲਿਆ ਆਪਣੇ ਚੂਚੇ ਛੂਚੇ ਜਿਹੜੇ ਕੀਤੇ ਉਸ ਕਹੇ ਅਸੀਂ ਮਾਨਤ ਲੈਣ ਆਏ ਹਾਂ ਜੀ ਆਪਣੀ ਨਾਲ ਹੀ ਮੌਲਵੀ ਦਾ ਘਰ ਸੀ ਜਿਹਨੂੰ ਆਪਣੀਆਂ ਸੋਨੇ ਚਾਂਦੀ ਰਕਮਾਂ ਜੇ ਚਾਂਦੀ ਜਾਂ ਰਕਮ ਜਿਹੜੀ ਹੈ ਸੀ ਉਹ ਦੇ ਗਏ ਕੀ ਨਾਂ ਸੀ ਸਿੱਖ ਦਾ
ਮੋਹਰੀ ਸਿੰਘ ਤੇ ਤਿੰਨਾਂ ਦੇ ਮੈਂ ਭੁੱਲ ਗਿਆ ਜਿਹੜੇ ਉਧਰੋਂ ਆਏ ਸਨ ਆਪਣੀ ਚੀਜ਼ ਲੈਣ ਇਸ ਪਿੰਡ ਦੇ ਵਿੱਚ ਤੁਹਾਡੇ ਬਜ਼ੁਰਗਾਂ ਕੋਲ ਨਾ ਸਾਡੇ ਬਜ਼ੁਰਗਾਂ ਕੋਲ ਤੇ ਆਏ ਸਨ ਨਾ ਮਗਰ ਇਮਾਨ ਤੋਂ ਨਾ ਮੌਲਵੀਆਂ ਨੂੰ ਦੇ ਕੇ ਗਏ ਹਨ ਮੌਲਵੀ ਨੂੰ ਉਹ ਜਿਹੜੀ ਮਸਜਿਦ ਵੇਖੀ ਹੈ ਨਾ ਇਸ ਉਸ ਮਸਜਿਦ ਦਾ ਉਹ ਖਤੀਬ ਸੀ ਉਸ ਵਕਤ ਅਲਦੀਸ ਸੀ ਅੰਦਰੋਂ ਪਲੀਤ ਸੀ ਫਿਰ ਉਹਨੇ ਜਿਸ ਉਹਨੇ ਬਜ਼ੁਰਗ ਸਾਡੇ ਨੇ ਸਨੇਹ ਕਰ ਲਿਆ ਵੀ ਉਰਾਂ ਆਓ ਜਰਾ ਕੰਮ ਹੈ ਸਾਨੂੰ ਉਹ ਜਦੋਂ ਆਏ ਸਰਦਾਰਾਂ ਨੂੰ ਵਹਿੰਦਿਆਂ ਦੇ ਉਹਦੇ ਪੈਰ ਨਿਕਲ ਗਏ ਹੁੱਕ ਹੋ ਗਿਆ ਉਸ ਮੌਲਵੀ ਜੀ ਅਸੀਂ ਤੁਹਾਨੂੰ ਇਮਾਨਤਾਂ ਦੇ ਕੇ ਗਏ ਹਾਂ ਇੰਨਾ ਸੋਨਾ ਇੰਨੀ ਚਾਂਦੀ ਅਤੇ ਇੰਨੇ ਨਕਦ ਰਕਮ ਅਤੇ ਇੰਨੇ ਚਾਂਦੀ ਦੇ ਰੁਪਈਏ ਕਰੋ ਕੋਈ ਦਿੱਤਾ ਉਹ ਸਰਦਾਰ ਦੇ ਗਏ ਸਨ ਉਹਨੂੰ ਆਹੋ ਇਮਾਨਤਾਂ ਫਲਾਣੇ ਥਾਂ ਮਸਜਿਦ ਬਣਾ ਹੜੀ ਫਲਾਣੇ ਥਾਂ ਬਣਾ ਹੜੀ ਮੇਰੇ ਬਜ਼ੁਰਗ ਆਖ ਲੰਗੇ ਮੌਲਵੀ ਪੜ੍ਹਿਆ ਲਿਖਿਆ ਆਦਮੀ ਹੈ ਇਮਾਨਤ ਖਿਆਨਤ ਕਰਨਾ ਮੁਸਲਮਾਨ ਦਾ ਕੰਮ ਨਹੀਂ ਜਦੋਂ ਤੈਨੂੰ ਇਮਾਨਤ ਦੇ ਗਿਆ ਤੇਰਾ ਕੰਮ ਕੀ ਸੀ ਉਸ ਆਖ ਲੰਗਾ ਵੀ ਮਸਜਿਦ ਬਣਾਉਣਾ ਉੱਥੇ ਬਿਲਕੁਲ ਸਰਾਸਰ ਜੀ ਉਹ ਸਰਦਾਰਾਂ ਨੂੰ ਜਵਾਬ ਦੇ ਰਹੇ ਜੀ ਮੇਰੇ ਕੋਲ ਕੋਈ ਸ਼ਾਹ ਨਹੀਂ ਰਹੀ ਮੈਂ ਮਸਜਿਦਾਂ ਬਣਾ ਰਹੀ ਹਾਂ ਉਹ ਖਾਲੀ ਫਿਰ ਇਸ ਤਰ੍ਹਾਂ ਗਏ ਨੇ ਕੋਈ ਮੌਲਵੀ ਟਕੇ ਤੱਕ ਨਹੀਂ ਦਿੱਤੀ ਉਹਨਾਂ ਨੂੰ ਅੰਦਰ ਬੇਈਮਾਨ ਹੋ ਗਿਆ ਆਹੋ ਉਹਦੇ ਇੱਥੇ ਨਹੀਂ ਤੋ ਇੱਕੋ ਬੱਚਾ ਹੀ ਇਸ ਟਾਈਮ ਮਾਰਕੀਟਾਂ ਦਾ ਕੋਠੀਆਂ ਦਾ ਬੰਗਲਿਆਂ ਦਾ ਮਾਲਕ ਬਣਿਆ ਪਿਆ ਕਿਆ ਉਹ ਜੋ ਮੁਸਲਮਾਨ ਜਿੰਨੀ ਸਰਦਾਰਾਂ ਦੀ ਆਇਆ ਸੀ ਨਾ ਜਿਹੜਾ ਮੰਗਲ ਸਿੰਘ ਵਾਲਾ ਮਕਾਨ ਸੀ ਨਾ ਉਹਦੇ ਵਿੱਚ ਪੂਰੇ ਪਿੰਡ ਦੀਆਂ ਪਿੱਤਲ ਤਾਂਬਾ ਇਕੱਠਾ ਕਰ ਛੱਡਿਆ ਜੋ ਕਣਕ ਸੀ ਉਹ ਵੀ ਇਕੱਠੀ ਕਰ ਛੱਡੀ ਉਹਦਾ ਨਾਂ ਧਰ ਦਿੱਤਾ ਮੰਗਲ ਸਿੰਘ ਵਾਲੇ ਮਕਾਨ ਦਾ ਸਟੋਰ ਜਿਹੜਾ ਸਾਡੇ ਕਬਜ਼ੇ ਸੀ ਉਹਦੀਆਂ ਚਾਬੀਆਂ ਇਸ ਮੌਲਾ ਨੂੰ ਦਿੱਤੀਆਂ ਗਈਆਂ ਆਹ ਮੂੰਹ ਦੇ ਉੱਤੇ 100 ਸਾਲ ਦੇ ਉੱਤੇ ਆ ਬਾਬਾ ਬੈਠਾ ਇਹ ਮੂੰਹ ਦੇ ਉੱਤੇ ਵੇ 100 ਮਾਣੀ ਕਣਕ ਦੀ ਭਰ ਕੇ ਪਿੱਛੋਂ ਦੀ ਛੱਪੜ ਦੇ ਵਿੱਚੋਂ ਕੱਢ ਕੇ ਸੁੱਕਾ ਛੱਪੜ ਸੀ ਮੌਲਵੀ 100 ਮਾਣੀ ਰਾਤੋਂ ਰਾਤ ਕੱਢ ਕੇ ਵਜ਼ੀਰਾਬਾਦ ਜਾ ਕੇ ਵੇਚੀ ਨੇੜੇ ਤਰੇੜੇ ਵੀ ਫਿਰ ਉਹ ਸਾਰੀ ਜਾਇਦਾਦ ਸਾਰੀ ਐਸੀ ਸੀ ਸਰਦਾਰਾਂ ਦੀ ਜਿਹੜੀ ਜੀ ਉਹ ਆਪਣੇ ਕਿਲੇ ਦੇ ਵਿੱਚ ਜਾ ਕੇ ਆਪਣੀ ਜਾਇਦਾਦਾਂ ਮਾਰਕੀਟਾਂ ਮਤਲਬ ਦੁਕਾਨਾਂ ਬਣਾ ਮਰ ਗਿਆ ਉਹਦੇ ਮਰ ਗਿਆ ਉਹਦਾ ਅੱਗੋਂ ਪੁੱਤਰ ਬਚ ਗਿਆ ਸੀ ਲਾਂਤੀ ਵਾਲਾ ਕੰਮ ਜੋ ਕੀਤਾ ਕੋਈ ਮਸਲਾ ਕੀ ਇਜਾਜ਼ਤ ਨਹੀਂ ਦਿੰਦਾ ਇਮਾਨ ਧਰ ਕੇ ਜਿਹੜਾ ਮਮਦੀਨ ਸੀ ਮਿੰਬਰ ਜਿਹਨੂੰ ਬਣਾਇਆ ਹਜੇ ਉਹ ਜ਼ਿਲ੍ਹਾ ਨਾ ਤੇ ਉਹਦੀ ਨੂਰਪੁਰ ਚ ਕੋਈ ਮਲਕੀਅਤ ਸੀ ਇੱਕ ਗੱਲ ਕਰਨੇ ਆ ਪੈ ਤੇ ਉਹ ਜਿਹੜੀ ਪਾਵਰਾਂ ਤੇ ਲੂਮਾਂ ਤੇ ਜਨਾਬ ਸਾਰੀਆਂ ਬਿਲਡਿੰਗਾਂ ਬਣ ਗਈਆਂ ਉਹ ਕਿੱਥੇ ਉਹ ਸਰਦਾਰਾਂ ਦੀ ਚੀਜ਼ਾਂ ਕਾਬੂ ਆਈਆਂ ਇਹ ਛੱਡ ਕੇ ਖੌਫ ਤੋਂ ਇੱਕੋ ਵਾਰੀ ਨਿਕਲ ਗਏ ਕਈ ਦੱਬ ਕੇ ਨਿਕਲ ਗਏ ਕਈ ਦੇ ਕੇ ਨਿਕਲ ਗਏ ਕਈ ਨਾਲ ਨਹੀਂ ਲਗਾਏ ਹੈਂ ਤੇ ਉਹ ਫਿਰ ਸਾਰੀਆਂ ਨਾ ਜਿਹੜੇ ਜਿਹੜੇ ਮਾੜੇ ਮੋਟੇ ਡਿੰਗੇ ਸਨ ਨਾ ਬੰਦੇ ਉਹਨਾਂ ਦੇ ਹੱਥ ਆ ਗਈਆਂ ਚੀਜ਼ਾਂ ਉਹਨਾਂ ਦੇ ਚੁੱਗੇ ਉਹਨਾਂ ਦੇ ਸਭ ਲੁੱਟਮਾਰ ਬਹੁਤ ਹੋਈ ਮੁਸਲਮਾਨਾਂ ਦੇ ਮਰੇ ਕੋਈ ਦੱਸ ਦੇ ਜਹਿਣ ਨਾ ਨਾ ਰਾਤੋਂ ਰਾਤ ਜੇ ਇਹ ਲੋਕ ਦੱਸਦੇ ਨੇ ਹੁਣ ਅੱਜ ਮੰਨਦੇ ਨਹੀਂ ਇਹ ਲੋਕ ਆਂਦੇ ਨੇ ਅਸੀਂ ਰਾਤ ਨੂੰ ਸਾਰਾ ਦਿਨ ਸੌਂਦੇ ਹਾਂ ਸਾਰੀ ਰਾਤ ਨੂਰਪੁਰ ਦੇ ਘਰਾਂ ਦੇ ਜਿੰਦਰੇ ਨੂਰਪੁਰ ਦੇ ਤਾਕਾਂ ਦੀਆਂ ਉਹ ਜੋੜ ਤਰੋੜ ਤਰੋੜ ਕੇ ਜਿਹੜੀ ਚੰਗੀਆਂ ਚੀਜ਼ਾਂ ਹੋਣੀਆਂ ਉਹ ਖਿੱਚੀ ਹੋਈਆਂ ਨੇ ਉਸ ਵਕਤ ਇਹ ਮਾਜਰ ਲੋਕ ਆਏ ਕੋ ਨਹੀਂ ਸਨ ਇੱਕ ਜਲਾ ਆਪਸ ਚ ਸਿੱਖਾਂ ਲਈ ਉਹ ਜਾਇਦਾਦ ਵੰਡਦੇ ਨੇ ਆਰਜ਼ੀ ਤੇ ਇੱਕ ਛੋਟਾ ਭਰਾ ਕੂਪ ਹੈ ਉਸ ਆਖੋ ਭਾ ਸਾਰਿਆਂ ਨੂੰ ਜ਼ਿਮੀਦਾਰ ਬਣਾ ਦੇਣਗੇ ਕੰਮੀ ਕਿਹੜਾ ਹੋਵੇਗਾ ਸਾਡਾ ਜਲਾ ਆਉਂਦਾ ਪਿਆ ਪਰ ਉਹਨਾਂ ਨੂੰ ਪਤਾ ਨਹੀਂ ਵੀ ਉਹ ਉਸ ਟਾਈਮ ਨੂੰ ਟੁੱਟ ਜੂ ਗਏ ਹਨ ਸਰਦਾਰ ਜਾਇਦਾਦ ਤੇ ਨਹੀਂ ਨਾ ਨਾਲ ਗਿਆ ਜਾਇਦਾਦ ਤੇ ਉਹਨਾਂ ਦੇ ਕਾਬੂ ਰਹੀ ਤਕੜੇ ਹੋ ਗਏ ਹਨ ਕਦੋਂ ਸਾਨੂੰ ਨੇੜੇ ਲੱਗਣ ਦਿੰਦੇ ਉਹ ਸਭ ਕਿੱਥੋਂ ਪਨਾਹ ਗੀਰ ਆ ਗਏ ਅੱਲਾ ਮੇਰਾ ਜਾਣਦਾ ਆਹੋ ਇਹ ਤੇ ਕੰਮੀ ਜਿੰਨੇ ਵੀ ਡਾਢੇ ਹੋ ਗਏ ਹਨ ਡਾਢੇ ਸਾਨੂੰ ਦੇ ਕੇ ਟੁਰ ਗਏ ਤੁਸੀਂ ਕਿੱਥੋਂ ਦੇ ਆ ਗਏ ਹੋ
ਉਹ ਆਉਂਦੇ ਫਲਾਣਾ ਸਾਡਾ ਖੂਹ ਫਲਾਣਾ ਮਿੰਬਰ ਜਿਹੜੇ ਇੱਕ ਦਿਨ ਪਰੇ ਬਹਿ ਗਈ ਇਹਨਾਂ ਮਿੰਬਰਾਂ ਦੀ ਇੱਕ ਮਮਦੀਨ ਇੱਕ ਸੋਨਾ ਕਸ਼ਮੀਰੀ ਇੱਕ ਸਾਈਂ ਦੁੱਲਾ ਇੱਕ ਨਗਲੇ ਦਾ ਇਹ ਕਸ਼ਮੀਰੀ ਆ ਚੱਦੀ ਲਾਮ ਵਾਲਾ ਸੈਨੂੰ ਸੈਨੂੰ ਦਾ ਪਿਓ ਬਦਮਾਸ਼ ਸੀ ਉਹ ਬੱਕੂ ਕੀ ਕਹਿੰਦੇ ਇਹ ਪੰਜ ਸੱਤ ਮਿੰਬਰ ਸਨ ਜਿਹੜੇ ਬਣੇ ਹੋਏ ਨੇ ਕੋਈ ਖੂਹ ਮਰ ਲੈ ਤੇ ਪਰੇ ਬਹਿ ਗਈ ਉੱਥੇ ਤੇ ਵੰਡਣ ਲੱਗ ਪਏ ਖੂਹ ਤੇ ਅਸੀਂ ਨਾਈ ਵੀ ਬੈਠੇ ਸਾਂ ਇੱਕ ਮੈਂ ਹਾਂ ਇੱਕ ਮੇਰਾ ਪਤਰੀਆ ਸੀ ਬੈਠਾ ਉਹ ਪਰੇ ਚ ਇਹਨੇ ਜਿਹੜੇ ਮਲ ਮੁਲ ਲਾਇਆ ਤੇ ਉਹ ਮੇਰਾ ਪਤਰੀਆ ਜਿਹੜਾ ਇਹਨੇ ਉੱਠਿਆ ਉਹਦਾ ਉਹ ਲਾਲਚੀ ਬੜਾ ਸੀ ਉਹ ਆਖੇਗਾ ਉਹ ਚੌਧਰੀ ਸਰਦਾਰ ਚੌਧਰੀ ਸਾਨੂੰ ਵੀ ਤੂੰ ਖੂਹ ਦਿਓ ਉਹਨਾਂ ਨੂੰ ਕਹਿੰਦਾ ਜਲਾਇਆਂ ਨੂੰ ਹਾਂ ਤੇ ਜਿਹੜਾ ਸੀ ਨਾ ਸਾਈਂ ਦੁੱਲਾ ਉਹ ਆ ਗਏ ਉਹ ਕਮੀ ਮਮਦੀ ਨਾ ਕਮੀ ਕਿਹੜਾ ਰੱਖਣਾ ਜੇ ਮੈਂ ਉੱਠ ਬੈਠਾ ਮੈਂ ਆਖਿਆ ਉਹ ਬਹਿ ਜਾ ਥੱਲੇ ਅਸੀਂ ਕਮੀ ਹੀ ਚੰਗੇ ਹਾਂ ਅਸੀਂ ਸਾਨੂੰ ਬਾਬਰ ਸ਼ਾਹ ਨੇ ਦਿੱਤੀ ਸਾਨੂੰ ਸਾਡੀ ਸਾਰੀ ਜ਼ਮੀਨ ਅਸੀਂ ਜਿੱਦਣ ਲੱਗੇ ਜਾਵਾਂਗੇ ਸਾਡੀ ਜ਼ਮੀਨ ਸਾਨੂੰ ਨਹੀਂ ਕੋਈ ਕੱਢਣ ਲੱਗਾ ਬਹਿ ਜਾ ਥੱਲੇ ਤੋਂ ਉਹਨੂੰ ਮੈਂ ਬਾਲਿਆ ਆ ਨਾ ਕੋਈ ਖੂਹ ਸਾਨੂੰ ਦਾਂਦੇ ਵੀ ਸਨ ਫਿਰ ਆਂਦੇ ਕਿ ਖੂਹ ਤੁਸੀਂ ਲੈ ਲਓ ਬਾ ਗਿਆ ਸੀ ਜੀ ਲੈ ਜਿਹਨਾਂ ਦੀ ਮਾਂ ਇੱਥੇ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ ਹਾਂਜੀ ਇਸ ਪਿੰਡ ਦੇ ਵਿੱਚ ਮੇਲਾ ਸ਼ੇਲਾ ਉਦੋਂ ਮੇਲਾ ਕੌਡੂ ਦਾ ਮੇਲਾ ਚ ਲੱਗਦਾ ਸੀ ਆ ਜਿਹੜਾ ਨਾ ਅੱਜ ਇੱਥੇ ਹੁਣ ਮਕਾਨ ਪੈ ਗਿਆ ਉਹ ਉੱਥੇ ਮਰਾਸੀਆਂ ਦਾ ਸੀ ਜਗ੍ਹਾ ਉਹ ਕੋਈ ਬਰਨੇ ਹੁੰਦੇ ਸਨ ਤੇ ਇੱਕ ਟਾਹਲੀ ਹੁੰਦੀ ਸੀ ਉੱਥੇ ਮੇਲਾ ਉਹਦਾ ਪੀਰ ਉਹਦਾ ਹੁੰਦਾ ਸੀ ਨੋਖਰੋਂ ਤੇ ਉਹ ਫਿਰ ਮਿਲਦਾ ਹੁੰਦਾ ਸੀ ਤੇ ਉਹ ਫਿਰ ਮੇਲਾ ਥੋੜ੍ਹਾ ਜਿਹਾ ਲੱਗਦਾ ਹੁੰਦਾ ਸੀ ਕੌਡੀ ਛੋਡੀ ਹੁੰਦੀ ਸੀ ਇਸ ਪਿੰਡ 'ਚ ਉਹ ਕੌਡਾ ਕੌਡੀ ਬੜੀ ਹੁੰਦੀ ਸੀ ਕੌਡੀ ਲੋਕ ਖੇਡਦੇ ਹੁੰਦੇ ਨੇ ਘੁਲਦੇ ਹੁੰਦੇ ਸਨ ਹੁਣ ਨਾ ਉਹ ਘੁਲਦਾ ਨਾ ਉਹ ਕੌਡੀ ਖੇਡਦਾ ਠੀਕ ਹੋ ਗਿਆ ਜੀ ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੀਆਂ ਪੁਰਾਣੀਆਂ ਗੱਲਾਂ ਪੁੱਛੀਆਂ ਔਰ ਤੁਸੀਂ ਕੋਈ ਸਲਾਮ ਦੁਆ ਦੇਣਾ ਚਾਹੋਗੇ ਅਗਰ ਉੱਥੇ ਕੋਈ ਸਿੱਖ ਸੁਣਦਾ ਹੋਵੇ ਤੁਹਾਡੀ ਉਮਰ ਦਾ ਕੋਈ ਕੀ ਸਲਾਹ ਦੇਣਾ ਚਾਹੋਗੇ ਉਹਨਾਂ ਨੂੰ ਸਾਡੀ ਉਮਰ ਦਾ ਜਿਹੜਾ ਬੰਦਾ ਹੈ ਨਾ ਵਡੇਰਾ ਹਾਂਜੀ ਅੱਬਲ ਤੇ ਕੋਈ ਨਾ ਕੋਈ ਕੋਈ ਨਾ ਕੋਈ ਮੁੰਡੇ ਵੀ ਸਾਨੂੰ ਜਾਣਦੇ ਹੋਣਗੇ ਹਾਲੀ ਉਹਨਾਂ ਦੇ ਵੱਡਿਆਂ ਦੇ ਹਾਂਜੀ ਤੇ ਉਹਨਾਂ ਨੂੰ ਆਖਿਆ ਜਾਵੇ ਉਹ ਮਦੀ ਨਾਈ ਜਿਹੜਾ ਨਾ ਜੀਵੇ ਦਾ ਪੁੱਤਰ ਹਾਂਜੀ ਉਹ ਤੁਹਾਨੂੰ ਉਹ ਹੀ ਰਹਿ ਗਿਆ ਡੂਰਪੁਰ ਦੇ ਵਿੱਚ ਵੱਡੇ ਦਾ ਬਾਕੀ ਮਰ ਗਏ ਚਲੋ ਜੀ ਅੱਲਾ ਤੁਹਾਨੂੰ ਲੰਬੀ ਜ਼ਿੰਦਗੀ ਦੇਵੇ ਆ ਜੇ ਉਹਨੂੰ ਸਲਾਮ ਜਿਹਾ ਦਿਆ ਜੇ ਉਹਨੂੰ ਆਖਿਆ ਜੇ ਉਹ ਇਕੱਲਾ ਹੀ ਰਹਿ ਗਿਆ ਹੁਣ ਅੱਗੋਂ ਉਹਦੇ ਉਹਦਾ ਇੱਕ ਮੁੰਡਾ ਹੈ ਤੇ ਅੱਗੋਂ ਮੁੰਡੇ ਦੇ ਦੋ ਮੁੰਡੇ ਨੇ ਤੇ ਉਹ ਜਿਹੜਾ ਮੇਰੇ ਦੋ ਪੋਤਰੇ ਨੇ ਨਾ ਇੱਕ ਹੀ ਪੋਤਰੇ ਦੇ ਚਾਰ ਬਾਲ ਨੇ ਉਹਦੇ ਤਰਾ ਮੁੰਡੇ ਦੇ ਕੁੜੀ ਹੈ ਸਹੀ ਹੋ ਗਿਆ ਤੁਹਾਡੀ ਮਾਸ਼ਾ ਨਸਲ ਵੱਧ ਗਈ ਹੈ ਹਾਂ ਹਾਂਜੀ ਠੀਕ ਆ ਇੱਕ ਸਿੱਖ ਸੀ ਸੰਤ ਸਿੰਘ ਪੁੱਤਰ ਬਹਾਦਰ ਸਿੰਘ ਹਾਂ ਉਹ ਕਹਿੰਦੇ ਨੇ ਸਾਡੀ ਇੱਥੇ 60 ਕਿੱਲੇ ਜ਼ਮੀਨ ਸੀ ਹਾਂ ਹੀ ਸੀ ਉਹਨਾਂ ਦੀ ਤੇ ਉਹ ਕਹਿੰਦੇ ਸਾਨੂੰ ਉੱਥੇ 40 ਕਿੱਲੇ ਪਏ ਨੇ ਉਹ ਜਿਹੜਾ ਸੀ ਨਾ ਬਹਾਦਰ ਸਿੰਘ ਸੰਤ ਸਿੰਘ ਦਾ ਪੁੱਤਰ ਹਾਂ ਹਾਂ ਉਹਨਾਂ ਦੀ ਵਾਕਈ 60 ਕਿੱਲੇ ਜ਼ਮੀਨ ਉਹਨਾਂ ਨੂੰ 40 ਕਿੱਲੇ ਪਈ ਉਧਰ ਉਹਨਾਂ ਦੀ ਇੱਥੇ ਟਿੱਬੇ ਵੀ ਹੁੰਦੀ ਸੀ ਚਾਚੇ ਦਾ ਪੁੱਤਰ ਸੀ ਉਹਨੂੰ ਦੇ ਗਿਆ ਉਹਦੇ ਸੇਬੀ ਸਨ ਉਹਨੂੰ ਕਿੱਲਾ ਦੇ ਗਿਆ ਪਹਿਲਾਂ ਬਾਈ ਤੂੰ ਇਹ ਬੀਜ ਲਿਆ ਕਰ ਉਹਦਾ ਈਦਾ ਸੀ ਤੁਹਾਡੇ ਚਾਚੇ ਦੇ ਬੁੰਨੇ ਦਾ ਸਾਡੇ ਭਰਾ ਦਾ ਉਹ ਸਾਡੇ ਚਾਚੇ ਦਾ ਪੁੱਤਰ ਸੀ ਉਹਨੂੰ ਕਿੱਲਾ ਦੇ ਗਿਆ ਖਲਕੇ ਤੂੰ ਸਾਡਾ ਸੇਬੀ ਕਿੱਲਾ ਬੀਜ ਲਿਆ ਕਰ ਤੂੰ ਚੰਗੇ ਬੰਦੇ ਸਨ ਹਾਂ ਬੜੇ ਚੰਗੇ ਸਨ ਉਹ ਫਿਰ ਉਹ ਕਿੱਲਾ ਬੀਜ ਲਈਦਾ ਜਦੋਂ ਫਿਰ ਉਹ ਟੁੱਟ ਗਿਆ ਜਿਹੜਾ ਫਿਰ ਉਹ ਕਿੱਲਾ ਮਗਰੋਂ ਫਿਰ ਸਾਲ ਉਹ ਵਾਹਿਆ ਫਿਰ ਛੱਡ ਦਿੱਤਾ ਉਹ ਕਿਹਾ ਜਿਹਦੀ ਹੈ ਭਾਈ ਸਾਂਭ ਲਓ ਚਲੋ ਜੀ ਠੀਕ ਹੋ ਗਿਆ ਜੀ ਬਜ਼ੁਰਗ ਬੜਾ ਅੱਛਾ ਲੱਗਾ ਬਹੁਤ ਮਿਹਰਬਾਨੀ ਸ਼ੁਕਰੀਆ